हाँ जी, किदा सारे दोस्तों, सब तो पहला निघा स्वागत करते हैं तुहाडा तुहाडे अपने चैनल दे विच। दोस्तों तुसी पंजाबी सिंगर जैसमीन सैंडलर नूं तां जानदे हो ते पंजाबी सिंगर गैरी संधू नूं भी जानदे हो। गैरी संधू दी दोस्तों कुछ समां पहला गलबात चलदी सी जैसमीन सैंडलर दे नाल ते दोस्तों गल इत्थों तक पहुंच गई सी कि लोकां ने यह भी कहना शुरू कर दिता सी कि गैरी संधू दा जैसमीन सैंडलर दे नाल ब्याह होना चाहीदा, इन्हां दोनों दा ब्याह होवेगा, क्योंकि किते भी जांदे सी इकट्ठे जांदे सी, लाइव शो लगांदे सी इकट्ठे ही ਗਾਉਂਦੇ ਸੀ ਤੇ ਗੱਲ ਚੱਲਣ ਤੋਂ ਕੁਝ ਸਮਾਂ ਬਾਅਦ ਹੀ ਇਹਨਾਂ ਦੋਨਾਂ ਦਾ ਬ੍ਰੇਕਅਪ ਹੋ ਗਿਆ ਸੀ ਤੇ ਬ੍ਰੇਕਅਪ ਹੋਣ ਤੋਂ ਬਾਅਦ ਇਹਨਾਂ ਦੋਨਾਂ ਦੇ ਰਸਤੇ ਵੱਖ ਹੋ ਚੁੱਕੇ ਸਨ। ਹੁਣ ਵੀ ਇਹ ਇੱਕ ਦੂਜੇ ਨੂੰ ਨਹੀਂ ਬੁਲਾਉਂਦੇ, ਪੋਸਟਾਂ ਪਾ ਕੇ ਤੇ ਗੀਤਾਂ ਰਾਹੀਂ ਇੱਕ ਦੂਜੇ ਨੂੰ ਰਿਪਲਾਈ ਕਰਦੇ ਰਹਿੰਦੇ ਨੇ, ਪਰ ਹੁਣ ਇਹਨਾਂ ਦੇ ਵਿੱਚ ਕੋਈ ਵੀ ਅਜਿਹੀ ਗੱਲਬਾਤ ਨਹੀਂ ਕਿ ਵਿਆਹ ਤੱਕ ਗੱਲਬਾਤ ਪਹੁੰਚੇ। ਪਰ ਦੋਸਤੋ ਤੁਹਾਨੂੰ ਦੱਸ ਦਈਏ, ਕੁਝ ਦਿਨ ਪਹਿਲਾਂ ਜੈਸਮੀਨ ਸੈਂਡਲਸ ਨੇ ਆਪਣੇ ਆਫੀਸ਼ੀਅਲ ਅਕਾਊਂਟ ਇੰਸਟਾਗ੍ਰਾਮ ਦੇ ਉੱਤੇ ਇੱਕ ਫੋਟੋ ਪਾਈ ਹੈ, ਜਿਸ ਫੋਟੋ ਨੂੰ ਦੇਖ ਕੇ ਦੋਸਤੋ ਲੋਕ ਬਹੁਤ ਗਲਤ ਕਮੈਂਟ ਕਰ ਰਹੇ ਨੇ ਤੇ ਬੋਲ ਰਹੇ ਨੇ ਲੱਖ ਦੀ ਲਾਂਤ ਬੇੜਾ ਗਰਕ ਹੀ ਹੋ ਗਿਆ, ਹੁਣ ਇਹ ਆਈਡੀਆਂ ਬੰਦ ਕਰਾਊਗੀ ਲੋਕਾਂ ਦੀਆਂ। ਫੋਟੋ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨੀ ਅਸ਼ਲੀਲ ਫੋਟੋ ਆ। ਪੰਜਾਬੀ ਕੁੜੀ ਤੇ ਪੰਜਾਬੀ ਸਿੰਗਰ ਹੋਣ ਦੇ ਨਾਤੇ ਅਜਿਹੀ ਪੋਸਟ ਪਾਉਣਾ, ਅਜਿਹੀ ਫੋਟੋ ਪਾਉਣਾ, ਇਹ ਸਹੀ ਆ ਜਾਂ ਗਲਤ ਹੈ ਥੱਲੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਓ। ਪਰ ਦੋਸਤੋ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ ਕੀ ਬੋਲ ਰਹੇ ਨੇ ਲੋਕ ਇਸ ਫੋਟੋ ਨੂੰ ਦੇਖਣ ਤੋਂ ਬਾਅਦ। ਇਸ ਫੋਟੋ ਦੇ ਥੱਲੇ ਹੀ ਲੋਕਾਂ ਨੇ ਕਮੈਂਟ ਕੀਤੇ, ਉਹ ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਰਹੇ ਹਾਂ। ਤਾਂ ਦੋਸਤੋ ਸੋਨੀ ਤਵੀ ਬੋਲਦੇ ਨੇ ਲੱਖ ਦੀ ਲਾਹਨਤ, ਤੇ ਦੂਜਾ ਕਮੈਂਟ ਵੀ ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਦਿੰਦੇ ਹਾਂ, ਵਿਵੇਕ ਨੇ ਲਿਖਿਆ ਗਲਤ ਹੈ ਯੇ, ਤੇ ਤੀਜਾ ਕਮੈਂਟ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਕਰਤਾ ਉਹੀ ਕੰਮ। ਤਾਂ ਦੋਸਤੋ ਚੌਥੇ ਕਮੈਂਟ ਦੇ ਵਿੱਚ ਲੱਕੀ ਸੋਢੀ ਲਿਖਦੇ ਨੇ ਮਾਡਰਨ ਕੁੜੀ ਹੈ ਕੰਜਰ ਖਾਨਾ ਤਾਂ ਕਰੂ। ਤਾਂ ਦੋਸਤੋ ਅਗਲਾ ਕਮੈਂਟ ਵੀ ਪੜ੍ਹ ਕੇ ਤੁਹਾਨੂੰ ਸੁਣਾ ਦਿੰਦੇ ਹਾਂ, ਜੋ ਲਿਖਦੇ ਨੇ ਮਨਦੀਪ ਸਿੰਘ, ਇਹਦੀ ਵੀ ਕੀ ਲੋੜ ਸੀ। ਤਾਂ ਦੋਸਤੋ ਅਗਲੇ ਕਮੈਂਟ ਵਿੱਚ ਸਾਗਰ ਲਿਖਦੇ ਨੇ ਜੰਡੂ ਬੰਬ ਲਗਾਓ। ਤਾਂ ਦੋਸਤੋ ਅਜਿਹੇ ਬਹੁਤ ਸਾਰੇ ਕਮੈਂਟ ਇਸ ਫੋਟੋ ਦੇ ਉੱਤੇ ਲੋਕਾਂ ਨੇ ਕੀਤੇ ਨੇ, ਆਪੋ ਆਪਣੀ ਰਾਏ ਦਈ ਆ ਫੋਟੋ ਦੇ ਥੱਲੇ। ਜੇ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਦਈਏ ਤਾਂ ਦੋਸਤੋ ਬਹੁਤ ਲੰਮੀ ਵੀਡੀਓ ਬਣ ਜਾਣੀ ਆ। ਤੁਸੀਂ ਜਾ ਕੇ ਖੁਦ ਦੇਖ ਸਕਦੇ ਹੋ ਇਸ ਫੋਟੋ ਨੂੰ ਇੰਸਟਾਗ੍ਰਾਮ ਦੇ ਉੱਤੇ ਜੈਸਮੀਨ ਸੈਂਡਲਸ ਦੇ ਆਫੀਸ਼ੀਅਲ ਪੇਜ ਦੇ ਉੱਤੇ ਤੁਹਾਨੂੰ ਇਹ ਫੋਟੋ ਦੇਖਣ ਨੂੰ ਮਿਲੇਗੀ, ਤੇ ਥੱਲੇ ਲੋਕਾਂ ਨੇ ਜੋ ਇੱਜ਼ਤ ਕੀਤੀ ਆ ਉਹ ਵੀ ਤੁਹਾਨੂੰ ਦੋਸਤੋ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਪੜ੍ਹਨ ਨੂੰ ਮਿਲੇਗੀ। ਥੱਲੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਓ। ਤੇ ਦੋਸਤੋ ਗੈਰੀ ਸੰਧੂ ਦਾ ਕੀ ਰਿਪਲਾਈ ਆਉਂਦਾ ਇਸ ਫੋਟੋ ਤੇ, ਇਹ ਵੀ ਕੁਝ ਦਿਨਾਂ ਤੱਕ ਸਾਨੂੰ ਪਤਾ ਚੱਲ ਹੀ ਜਾਵੇਗਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ, ਤਾਂ ਕਿ ਪਤਾ ਚੱਲ ਜਾਵੇ ਸਭ ਨੂੰ। ਜਿਨ੍ਹਾਂ ਨੂੰ ਦੇਖ ਕੇ ਲੋਕਾਂ ਜੋਸ਼ ਭਰਦਾ ਸੀ ਅੱਜ ਉਹੀ ਅਜਿਹੀਆਂ ਹਰਕਤਾਂ ਕਰ ਰਹੇ ਨੇ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਦੇ ਨਾਮ ਤਾਂ ਤੁਹਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਕਿ ਕੋਈ ਵੀ ਨਵੀਂ ਅਪਡੇਟ ਆਵੇ ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਜਲਦ ਹਾਜ਼ਰ ਹੋਵਾਂ ਨਵੀਂ ਅਪਡੇਟ ਲੈ ਕੇ, ਉਦੋਂ ਤੱਕ ਲਈ ਰੱਬ ਰੱਖਾ।